ਅਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵੀਜ਼ਾ ਜੀ ਆਪਣੀ ਵੀਜ਼ਾ ਹੈਗੀ ਆ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਪੈਂਦਾ ਜੀ ਤਹਿਸੀਲ ਖੰਡੂਰ ਸਾਹਿਬ। ਤੇ ਜੱਗੀਆਂ ਵੀਰ ਕੋਲ ਅੱਜ 5-6 ਝੋਟੀਆਂ ਪਰ ਝੋਟੀਆਂ ਕਾਹਦੀਆਂ ਬਸ ਨਗੀਨੇ ਹੀ ਹੈ ਜੀ। ਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ, ਕੀ ਮਿਲ ਰਿਕੋਰਡ ਆ, ਉਸ ਤੋਂ ਬਾਅਦ ਵੀਜ਼ੇ ਰਿਕੈਸਟ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ। ਵਾਰ ਵਾਰ ਵੀਜ਼ੇ ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਇੱਥੇ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਅਦ ਸ਼ੇਅਰ ਕਰ ਦਿਆ ਕਰੋ। ਚਲੋ ਗਾਂਹ ਵੀ ਕਿਵੇਂ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਹੋਣੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਬਹੁਤ ਵਧੀਆ ਭਾਜੀ, ਮਹਾਰਾਜ ਦੀ ਕਿਰਪਾ, ਬਹੁਤ ਵਧੀਆ, ਤੁਸੀਂ ਸੁਣਾਓ? ਹੋਰ ਅੱਜ ਫਿਰ ਪੰਛੀ ਮੈਂ ਨਾ ਮਾਲ ਦਿਨਾ ਵਧਣਾ ਕਿ ਮਹਾਰਾਜ ਦੀ ਕਿਰਪਾ ਇੱਡੀ ਹੋਈ ਕਿ ਗੱਬਣ ਰਹਿ ਗਈ ਉਹਦਾ ਜੋੜਾ। ਹਾਂਜੀ ਹਾਂਜੀ। ਤੇ ਉਹ ਮੈਂ ਵੀ ਕਹਿੰਦਾ ਸਵਾਗ ਵੇਚਾਂਗੇ, ਤੇ ਉਹ ਵੀ ਵੇਖੀ ਗੱਡੀ ਬਹੁਤ ਜ਼ਿਆਦਾ। ਆਪਣਾ ਕੀ ਨਾਮ? ਜੱਗੀ ਜੀ। ਹਾਂਜੀ। ਰੇਟ ਵਿਖਣਾ ਨਾ, ਮੈਂ ਨਾ ਪਹਿਲਾਂ ਸਗੋਂ ਨਾ ਸਭ ਤੋਂ ਪਹਿਲਾਂ ਤਾਂ ਨੀਲੀ ਦਾ ਫੋਨ ਭਾਜੀ ਬੜਾ ਆਇਆ। ਅੱਛਾ। ਘਾਟ ਤੋੜੀ। ਹਾਂਜੀ। ਬਹੁਤ ਜ਼ਿਆਦਾ ਫੋਨ ਆਇਆ ਉਹ ਚਲੀ ਗਈ ਗੁਰਦਾਸਪੁਰ। ਅੱਛਾ। ਪਹਿਲਾਂ ਮੈਂ ਕਿਹਾ ਕੱਲ ਹੀ ਉਹੀ ਵਿਕਣੀ ਲੱਗਦੀ, ਫੋਨ ਹੀ ਉਹਦੇ ਤੇਰੇ ਆਉਣ। ਅੱਛਾ। ਇੱਕ ਘੰਟੇ ਬਾਅਦ ਆ ਫਿਰ ਚਲੋ ਮਹਾਰਾਜ ਦੀ ਕਿਰਪਾ ਨਾਲ 2000 ਤੋਂ ਸੱਜੇ ਚਲੇ ਗਈਆਂ ਜੀ। ਹਾਂਜੀ ਹਾਂਜੀ। ਉਹ ਬੰਦੇ ਮਤਲਬ ਮਾਲ ਵਾਵਾ ਉਹਨਾਂ 60-70 ਮੱਝਾਂ ਰੱਖੀਆਂ ਡੇਰੀ ਦੇ ਕੰਮ ਹੋਣਾ। ਹਾਂਜੀ ਠੀਕ ਆ। ਉਹ ਲੈ ਗਏ ਸੀ। ਹਾਂਜੀ। ਤੇ ਬਾਕੀ ਸਾਰੇ ਮਾਲ ਮਰ ਕੇ ਵੇਖਿਆ, ਇੱਕ ਝੋਟੀ ਗੱਬਣ ਜਿਹੜੀ ਉਹ ਭੀਲੋਵਾਲ ਫੌਜੀ ਸਾਹਿਬ ਆ। ਅੱਛਾ ਜੀ। ਚਲੋ ਚਲੋ ਭਾਜੀ, ਉਹ ਆਏ, ਉਹ ਲੈ ਗਏ ਫਿਰ ਮਾਲ। ਮਹਾਰਾਜ ਦੀ ਕਿਰਪਾ, ਮਾਲ ਵੇਖਣਾ ਜ਼ਰੂਰੀ ਹੈ ਕਿ ਨਹੀਂ? ਮੈਂ ਭੱਜ ਨਾ ਸਕੇ ਤਾਂ ਹੁਣ ਕਿੱਦਾਂ ਕਰਦਾ ਮੈਂ ਕਿਹਾ ਅਰੇ ਚਾਰ ਇਕੱਠੇ ਆ ਗਿਆ। ਹਾਂ ਮੈਂ ਚਲ ਮਹਾਰਾਜ ਦੀ ਕਿਰਪਾ। ਚਲੋ ਕੋਈ ਨਹੀਂ, ਨਾਲੇ ਜਾਣਾ ਹਰਿਆਣੇ ਮੈਂ ਝੋਟੀ ਲੈ ਆਉਂਦਾ ਚੰਗੀ ਆ। ਦੈਲ ਦੀ ਦਾਖ ਲਿਆਵਾਂਗੇ ਚੰਗੀਆਂ ਝੋਟੀਆਂ, ਮੈਂ ਕਿਹਾ ਅੱਡਾ ਵੇਲਾ ਕਰਕੇ ਜਾਣੇ ਦੋਵੇਂ ਬਾਪੂ ਦੇ ਦੋਵੇਂ ਤੋਂ ਫਿਰ ਜਾਵਾਂਗੇ। ਠੀਕ ਹੈ ਜੀ। ਚਲੋ ਦੱਸੋ ਇਹ ਭਾਈ ਦੂਜਾ ਸੂਆ ਜੇ ਕੱਟੀ। ਹਾਂਜੀ। ਤਾਜ਼ੀ ਸੂਈ ਆ, ਦੁੱਧ ਮਾਲ ਤੁਹਾਨੂੰ ਪਤਾ ਜੇ ਕੱਲ ਦਾ ਹੀ ਆਇਆ ਹੋਇਆ ਹੀ ਆ। ਹਾਂਜੀ ਹਾਂਜੀ ਹਾਂਜੀ। ਦੁੱਧ ਵੈਸੇ 11-12 ਕਿਲੋ, ਆਪਾਂ 10 ਕਿਲੋ ਕਹਿ ਕੇ ਦੇ। 10 ਕਿਲੋ। ਹਾਂਜੀ। ਤੇ ਵੀ ਤੋਂ ਬਾਅਦ ਨਿਕਲੂਗਾ ਪਰ ਆਪਾਂ ਕਿਲੋ, ਕਿਉਂਕਿ ਮਾਲ ਆਇਆ ਵਾ ਇੱਕ ਉਹਨੂੰ ਆਇਆ ਨੂੰ ਠੰਡੇ ਹੀ ਧੁੰਦ ਤਾਂ ਤੁਹਾਨੂੰ ਪਤਾ। ਬਿਲਕੁਲ ਜੀ ਬਿਲਕੁਲ। ਕੱਟੀ ਦੇਖੋ ਕਿਦਾਂ ਦੀ। ਹਾਂ ਸੋਹਣੀ ਝੋਟੀ ਆ। ਨਹੀਂ ਯਾਰ ਦੇਖੋ ਕੱਟੀ ਕੱਟਾ ਜੀ, ਮਗਰ ਟਕਰਾ ਜੀ ਕੱਟਾ, ਮਗਰ ਉਹ ਤੇ ਵੱਡੀ ਝੋਟੀ ਆ। ਉਧਰ ਉਧਰ ਜੱਗੀ ਉਧਰ ਮਾਲ ਆ, ਝੋਟੀ ਮਾਰੇ ਦੀ ਆ ਭਾਜੀ, ਝੋਲ ਨਹੀਂ ਮਾਰਨਾ ਤਾਂ ਪਿੱਛੇ ਕੀ ਬਣ ਗਿਆ ਇਹ, ਮੈਂ ਇਧਰੋਂ ਲਈ ਆ। ਬਾ ਠੀਕ ਆ, ਕੋਈ ਇਹ ਮਤਲਬ ਮਾਲ ਹੈ ਚੰਗਾ ਰਵੇ ਦਾ ਵਾ ਪੱਲੇ ਆ ਇਧਰੋਂ। ਬਾ ਠੀਕ ਆ ਜੀ। ਪਰ ਕਟੀਆਂ ਕਟੀਆਂ ਵੇਖੋ ਬੇਰ ਹੈ। ਹਾਂ ਹਾਂ। ਸੋਹਣੀ ਸੋਹਣੀ ਝੋਟੀ ਆ ਜੀ, ਸੋਹਣੀ ਆ। ਹਾਂਜੀ 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 ਹਾਂਜੀ। ਫਿਰ ਜੱਗੀ ਜੀ ਅੱਜ ਵਾਲੇ ਕੰਮ ਫਿਰ ਉਹੀ ਬਣ ਜੇ ਅੱਜ, ਬਿਲਕੁਲ ਤੁਹਾਨੂੰ ਪਤਾ ਮੈਂ ਜੈ ਜੀ ਜੈ ਜੀ ਬੋਲਣ ਬਣਾ ਕੇ ਜਦੇ ਇੱਕ ਦਾ ਜੀ ਦੇ ਦੀ ਕਰ ਦੋ ਵੀ ਮਾਨ ਨੂੰ 90000 ਦੀ 90000 ਦੀ 2000 ਵਿੱਚ ਹੋਰ 80000 ਬਾ ਠੀਕ ਹੈ ਚੱਲਣ ਦੋ ਤਿੰਨ ਹੀ ਹੋਰ 80000 ਦੀ 80000 ਦੀ ਪਾ ਝੋਟੀ ਵੇਖੋ ਨਹੀਂ ਨਹੀਂ ਠੀਕ ਆ ਜੈ ਜੈ ਸਿਰਾ ਸਿਰਾ ਝੋਟੀ 10 ਕਿਲੋ ਹਾਜ਼ਰ ਵੈਸੇ ਦੁੱਧ 12 ਹੀ ਹੋਗਾ 10 ਕਿਲੋ ਹਾਜ਼ਰ ਹੈ ਨੈਟ ਕੋਈ ਜ਼ਰੂਰ ਠੀਕ ਆ ਠੀਕ ਆ ਇਹ ਜੀ ਇਹ ਵੀ ਭਾਜੀ ਦੂਜਾ ਸੂਆ ਸੂਈ ਜੀ ਦੂਜਾ ਸੂਆ ਜੀ ਇਹ ਵੇਖੋ ਬਸ ਮਾਲ ਵੇਚਣਾ ਵਾ ਪਾਜ ਵੀ ਬਸ ਚਲੋ ਬਾ ਠੀਕ ਆ ਮੁੱਲ ਹੀ ਉਹ ਕਰਨਾ ਬਾਈ ਕਹਿੰਦਾ ਮਾਲ ਵੇਚਾਂ ਬਸ ਟਾਈਮ ਸਿਰ ਹੀ ਅੱਜ ਹੀ ਜਗਦਾ ਫਟੇ 5 ਤਰੀਕ ਆ ਦਿਨ ਮੰਗਲਵਾਰ ਅੱਜ ਹੀ ਵੀਡੀਓ ਪੈ ਜਾਣੀ ਬਾਈ ਉਹਨਾਂ ਦੀ ਹਾਂਜੀ ਆਪਣਾ ਤੋਂ ਫੜਾ ਦੋ ਹਾਂ ਉਹ ਭੁੱਲ ਗਏ ਉਹਨਾਂ ਨਾਲ ਜ਼ਰੂਰੀ ਹੈ ਇਹ ਆਂਦਾ ਉਹ ਠੀਕ ਆ ਇਹ ਫਿਰ ਭਾਜੀ ਨਿਸ਼ਾਨੀ ਹੈ ਬਿਮਾਰੀਆਂ ਦੇ ਭਾਜੀ ਆ ਜਾ ਹਲ ਫੜੋ ਆਂਦਾ ਮੈਨੂੰ ਉਹ ਦੂਜਾ ਦੇ ਦੇ ਬਸ 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 ਠੀਕ ਆ ਤਾਂ ਬਸ ਠੀਕ ਆ ਨਹੀਂ 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 ਬਹੁਤ ਪਾਲੀ ਹੈ ਭਾਜੀ ਹਾਂਜੀ ਭਾਜੀ ਦੁੱਧ ਭਾਜੀ 12 ਹੀ ਹੋਗਾ 10 ਕਿਲੋ ਕੋਈ ਆਪਣੇ ਘਰ 2 ਟਾਈਮ ਜੋ 3 ਟਾਈਮ ਜੋ ਭਾਵੇਂ ਉਦਾਂ ਆਨਲਾਈਨ ਮੰਗਾ ਲਿਓ ਠੀਕ ਆ ਮੁੱਲ ਭਾਵੇਂ ਫੇਰ ਆ ਵੀ ਇੱਕ ਦਾ ਕਰਾ ਲਓ ਹਾਂਜੀ 85000 ਦੀ ਛੋਟ ਸਾਰੇ ਵਿੱਚ ਹੋਗਾ ਝੋਟੀਆਂ ਦੇਖੋ ਕਿਦਾਂ ਦੀ ਬਸ ਠੀਕ ਆ ਚੱਲੋ ਚੱਲੋ ਅੰਦਰ ਕਰੋ ਜੀ ਇਹ ਭਾਈ ਤੀਜਾ ਸੂਆ ਸੂਈ ਜੀ ਅੱਛਾ ਸੂਈ ਹੈ ਜੀ ਹਾਂਜੀ ਸੂਈਆਂ ਸੂਈਆਂ ਮਈਆਂ ਠੀਕ ਆ ਇਹਨੂੰ ਅੱਜ ਚੌਥਾ ਦੇ ਸੂਈ ਨੂੰ ਆ ਬੋਲੇ ਤੇ ਸਾਫ ਸੁਖ ਕੀਤੀ ਹੈ ਕੋ ਤੀਜਾ ਵੀ ਮੰਨ ਲੈ ਕੋ ਚੌਥਾ ਵੀ ਮੰਨ ਲੈ ਹਾਂ ਚਲੋ ਪਰ ਬਹੁਤ ਚੰਗੀ ਮੈਂ ਲੋ ਜੀ ਵੇਖੋ ਕਰਾਂ ਲੈ ਵਾਲੋ ਵੇਖੋ ਕਰਾਂ ਦੀ ਹਾਂ ਦੁੱਧ ਵਾਲੇ ਵਾ ਵੇਖ ਬਸ ਠੀਕ ਆ ਠੀਕ ਆ ਠੀਕ ਆ ਬਣ ਗਿਆ ਜੀ ਬਣ ਗਿਆ ਆਜ ਆਜੋ ਜੀ ਆਜੋ ਸੂਈ ਹੈ ਜੇ ਭਾਜੀ ਚੌਥਾ ਦੇ ਨੇ ਸੂਈ ਨੂੰ ਜੇ ਬੋਲੇ ਵਾਲੇ ਤੋਂ ਸਾਫ ਕੀਤੀ ਆ ਬਸ ਠੀਕ ਆ ਜੀ ਆ ਦੇਖੋ ਦੋ ਤੀਨ ਨਾੜਾ ਨੋੜਾ ਵਿਸਕੂ ਰਹਿ ਤੋ ਤਰਾ 10000 ਕਿਲੋ ਬੋਲਾ ਹੀ ਆ ਝੋਟੀ ਬਸ ਠੀਕ ਠੀਕ ਆ ਜੀ ਚੱਲੋ ਅੰਦਰ ਕਰਾਂ ਜੀ ਹਾਂਜੀ ਭਾਜੀ ਫਿਰ ਮੁੱਲ ਭਾਵੇਂ ਭਾਜੀ 85 ਕਰਾ ਲਓ ਹਾਂ ਲੈ ਗੈਸ ਲੋ ਜਿਹੜੀ 75000 ਦੀ 75000 ਦੀ ਕਰ ਦਾਂਗੇ
बारह किलो है जी। चलो हां जी ठीक है। कटी जी इन्हें मगर कट्टा ही कट्टा ही है सारे अज झोटी ना दुध चौदह किलो वाली बहुत नाड़ा नूड़ा बहुत चवाई एक। चलो चलो ठीक है। आ देखो हां जी भाई जी फिर मुल भाजी झोटिया तो सेम ही हाँ जी भावे भी लख करा लो एक पांच एक दस सारा माल नवा ही आया ठीक है जी। चलन तो करा दी दुध भाई जी दुध भाजी दस किलो हाँ जी बच्चा मरी तो लिया तो मरी तो कहना बाबा ठीक है कोई भी पच्ची पैसे लाए बाकी ठीक है भाजी ठीक है ठीक है। जगी भर की कीमत बिलकुल छोटी जी करनी है पैसे हूं भी बच्चा मरी तो भी लख लगन दिया हाँ जी हाँ जी ये आप 70,000 की भाजी ठीक है जान दो झोटी 10 किलो दुध चो के चलो पहाड़े घर जाके भी लात मार दे मैं बस ठीक है भाजी चल अंदर फिर बस ठीक है। चलो देखो है कि झोटी भाजी 50,000 की झोटी वैसे उदा ही है 2,000 होर छोड़ कर 60,000 की बस नजारे बजे गए झोटी का माल भी झोटी है बस ठीक है। जगह रेट वे लो हर बारी तरह की बड़ा सोहना रेट आ ठीक है जी पर मेरा भी चुवाई करके चेक करके पास कराना जी आज पुट सो ले ना माल चलो उधर भी गया वा महाराज की कृपा ही है। चलो अजे तक नहीं कोई लामा कोई नहीं की कहना हो भी जावे नौबत ता भी आपा सॉल्व करी दी पर महाराज की सुइयां सुइयां जो तसली करो अपनी ठीक है भाजी। ते बाकी बहुत बहुत मेहरबानी नाम अपना जगजीत सिंह है पिंड कंग जिला तरनतारन तहसील खडूर साहब मोबाइल नंबर 84 270 80 93। सत श्री अकाल।